ਸਟੇਸ਼ਨ ਯਾਰਾਂ ਦਾ ਨਾਈਨ ਐਕਸਟੇਸ਼ਨ ਯਾਰਾਂ ਦਾ ਪੋਡਕਾਸਟ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਨਾਈਨ ਐਕਸਟੇਸ਼ਨ। ਮੈਂ ਤੁਹਾਡਾ ਯੰਗ ਵੀਰ ਐਂਡ ਨਾਈਨ ਐਕਸਟੇਸ਼ਨ ਯਾਰਾਂ ਦਾ ਪੋਡਕਾਸਟ ਇੱਕ ਐਸਾ ਸ਼ੋ ਜਿੱਥੇ ਗੱਲਾਂ ਹੁੰਦੀਆਂ ਸਿਰਫ ਔਰ ਸਿਰਫ ਯਾਰੀ ਨੂੰ ਲੈ ਕੇ। ਵੇਖੋ ਯਾਰੀ ਇੱਕ ਐਸੀ ਚੀਜ਼ ਹੈ ਨਾ, ਮਤਲਬ ਯਾਰ ਭਾਵੇਂ ਦੁਨੀਆ 'ਚ ਜਿੱਥੇ ਮਰਜ਼ੀ ਪਹੁੰਚ ਜਾਵੇ ਆਪਣੇ ਯਾਰ ਨੂੰ ਨਹੀਂ ਭੁੱਲਦਾ, ਕਿਤੇ ਨਾ ਕਿਤੇ ਕਨੈਕਸ਼ਨ ਜਿਹੜੇ ਆ ਇੱਕ ਦੂਸਰੇ ਨਾਲ ਜੁੜੇ ਰਹਿੰਦੇ ਆ, ਹੈ ਨਾ। ਹੁਣ ਦੇਖੋ, ਅਸੀਂ ਦੋ ਜਣੇ ਇਕੱਠੇ ਸ਼ੁਰੂ ਹੋਏ ਸੀ, ਮੈਂ ਅਤੇ ਜੋ ਬਿਡਨ ਭਾਜੀ, ਹੈ ਨਾ। ਅਤੇ ਉਹ ਵੇਖ ਲਓ ਅੱਜ ਰਾਸ਼ਟਰਪਤੀ ਤੱਕ ਫੀਲਿੰਗ ਹੋ ਗਈ ਉਹਨਾਂ ਦੀ, ਅਤੇ ਮਤਲਬ ਆਪਾਂ ਇੱਕ ਚੈਨਲ 'ਤੇ ਐਂਕਰ ਹਾਂ। ਪਰ ਉਹ ਕਦੀ ਅੱਜ ਤੱਕ ਮੈਨੂੰ ਕਦੀ ਫੋਨ ਕਰਨਾ ਨਹੀਂ ਭੁੱਲੇ, ਮਤਲਬ ਛੋਟੀ ਛੋਟੀ ਸਲਾਹ ਹਰ ਚੀਜ਼ ਦੇ ਵਿੱਚ ਮੈਨੂੰ ਫੋਨ 'ਤੇ ਫੋਨ। ਆਪਾਂ ਵੀ ਨਹੀਂ ਬਦਲੇ, ਮਤਲਬ ਆਪਾਂ ਵੀ ਪ੍ਰੋਪਰ ਟਾਈਮ ਦੇਈਦਾ ਭਾਵੇਂ ਆਪਾਂ ਸ਼ੂਟ ਹੀ ਕਰ ਰਹੇ ਹੋਈਏ। ਜੋ ਬਿਡਨ ਸਾਹਿਬ ਨਾਲ ਆਪਣੀ ਬਹੁਤ ਵਧੀਆ ਸ਼ੁਰੂ ਤੋਂ ਲੈ ਕੇ, ਮੈਨੂੰ ਪਤਾ ਜ਼ਿਆਦਾ ਹੋ ਗਿਆ, ਪਰ ਕੋਈ ਗੱਲ ਨਹੀਂ, ਕਦੀ ਕਦੀ ਜ਼ਿੰਦਗੀ 'ਚ ਜ਼ਿਆਦਾ ਵੀ ਕਰਨਾ ਚਾਹੀਦਾ। ਕਿਉਂਕਿ ਕਈ ਲੋਕਾਂ ਦੀ ਯਾਰੀ ਮਤਲਬ ਇੰਨੀ ਜ਼ਿਆਦਾ ਫੇਮਸ ਹੋ ਗਈ ਹੁੰਦੀ ਆ ਵੀ ਉਹਨਾਂ ਦੇ ਨਾਲ ਸ਼ੋਅ 'ਚ ਗੱਲ ਕਰਨੀ ਬਹੁਤ ਜ਼ਰੂਰੀ ਹੁੰਦੀ ਆ। ਅਤੇ ਸਾਡੇ ਨਾਲ ਅੱਜ ਜਿਹੜੇ ਦੋ ਗੈਸਟ ਆ ਸਪੈਸ਼ਲ, ਉਹਨਾਂ ਦੀ ਇੰਟਰੋ ਜਿਹੜੀ ਤੁਹਾਨੂੰ ਪਤਾ ਫਿਰ ਉਹਦੇ ਸ਼ਾਇਰੀ ਨਾਲ ਹੀ ਹੋਣੀ ਹੈ ਨਾ ਜੀ। ਸੋ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਕਨੇਡਾ 'ਚ ਜਾ ਕੇ ਕੰਮ ਕੀਤਾ ਜ਼ੋਰ ਨਾਲ, ਕਨੇਡਾ 'ਚ ਜਾ ਕੇ ਕੰਮ ਕੀਤਾ ਜ਼ੋਰ ਨਾਲ, ਇੱਥੇ ਪੰਜਾਬ 'ਚ ਖੋਲਿਆ ਨਹੀਂ ਸੀ ਕਦੀ ਮੱਝ ਦਾ ਰੱਸਾ, ਸਾਡੇ ਨਾਲ ਬਾਈ ਗੁਰਸਿੱਧੂ ਐਂਡ ਜੱਸਾ। ਬਾਈ ਵੈਲਕਮ ਟੂ ਨਾਈਨ ਐਕਸਟੈਸ਼ਨ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਨਾਈਨ ਐਕਸਟੈਸ਼ਨ ਸਾਰਿਆਂ ਨੂੰ। ਯਾਰਾਂ ਦਾ ਪੋਡਕਾਸਟ ਸ਼ੋਅ ਦੇਖਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਨੂੰ ਇੱਕ ਗੱਲ ਦੱਸੋ ਕਿ ਪੰਜਾਬ 'ਚ ਸੱਚੀ ਮੱਝ ਦਾ ਰੱਸਾ ਖੋਲਿਆ ਸੀ ਕਿ ਨਹੀਂ ਖੋਲਿਆ ਸੀ ਕਦੀ? ਮੈਂ ਤਾਂ ਖੋਲਿਆ ਹੀ, ਇਹਨੇ ਨਹੀਂ ਖੋਲਿਆ। ਮੈਂ ਨਹੀਂ ਖੋਲਿਆ ਜੀ। ਇਹਨਾਂ ਨੇ ਮੈਨੂੰ ਲੱਗਦਾ ਬਸ ਲੈਪਟਾਪ ਹੀ ਖੋਲਿਆ। ਮੈਂ ਹਾਂ ਬਸ ਖੋਲਿਆ, ਸਾਰੇ ਕੰਮ ਸਹੀ ਪਕੜੇ। ਕਹਿੰਦੇ ਊੜਾ ਐੜਾ ਈੜੀ, ਉਸ ਤੋਂ ਬਾਅਦ ਆਉਂਦਾ ਸੱਸਾ, ਸਾਡੇ ਨਾਲ ਬਾਈ ਗੁਰਸਿੱਧੂ ਐਂਡ ਜੱਸਾ। ਠੀਕ ਹੈ ਜੀ। ਭਾਜੀ ਸ਼ਾਇਰੀ ਕਿੱਦਾਂ ਲੱਗੀ ਤੁਹਾਨੂੰ? ਬਹੁਤ ਵਾਹ ਵਾਹ, ਬਣਦਾ ਤੁਹਾਡੇ ਵਾਸਤੇ। ਕਹਿੰਦੇ ਉਸ ਕੁੜੀ ਦੀ ਵੱਖਰੀ ਟੋਰ ਹੁੰਦੀ ਹੈ ਜਿਹਦੇ ਹੋਵੇ ਠੋਡੀ ਥੱਲੇ ਇੱਥੇ ਛੋਟਾ ਜਿਹਾ ਮੱਸਾ, ਸਾਡੇ ਨਾਲ ਬਾਈ ਗੁਰਸਿੱਧੂ ਐਂਡ ਜੱਸਾ। ਕਿਆ ਬਾਤ ਹੈ ਯੰਗ ਵੀਰ, ਟੈਲੈਂਟਡ ਸ਼ਾਇਰ, ਨਵੇਂ ਉੱਭਰਦੇ ਹੋਏ ਸ਼ਾਇਰ। ਦੋਵਾਂ ਨੇ ਸਟਰਗਲ ਕੀਤੀ ਹੈ ਨਾ ਇੱਕ ਲਾਈਫ, ਮਤਲਬ ਜਦੋਂ ਪੰਜਾਬ ਤੋਂ ਬੰਦਾ ਇੱਥੇ ਆਉਂਦਾ ਉਹ ਦੇਖਣੀ ਪੈਂਦੀ ਆ। ਸੋ ਉਹ ਸਟਰਗਲ ਵਾਲੀ ਜ਼ਿੰਦਗੀ ਦੇ ਵਿੱਚ ਮਿਊਜ਼ਿਕ ਤੋਂ ਪਹਿਲਾਂ ਕਿਹੜੇ ਕਿਹੜੇ ਕੰਮ ਕੀਤੇ ਦੋਵਾਂ ਨੇ? ਜੱਸਾ ਭਾਈ ਤੁਸੀਂ ਦੱਸੋ ਪਹਿਲਾਂ। ਮੈਂ ਜੀ ਕੰਮ ਸਾਰੇ ਕੀਤੇ ਆਲਮੋਸਟ, ਹੈ ਨਾ, ਜਿਹੜੇ ਇੱਥੋਂ ਮਾੜੇ ਤੋਂ ਮਾੜਾ ਚੰਗੇ ਤੋਂ ਚੰਗਾ। ਸੋ ਕੋਈ ਕਦੀ ਪੀਜ਼ਾ ਡਿਲੀਵਰੀ, ਕਦੀ ਕੰਸਟਰਕਸ਼ਨ ਦਾ ਕੰਮ, ਤੇ ਕਦੀ ਕੋਈ ਫੈਕਟਰੀ ਜੋਬ। ਲਾਈਕ ਆਪਾਂ ਮਸਤ ਰਹੀਦਾ ਸੀ, ਚਿੱਲ ਰਹੀਦਾ ਸੀ, ਪਰ ਕੰਮ ਮਿਹਨਤਾਂ ਵੀ ਠੋਕੇ ਕੀਤੀਆਂ, ਤੇ ਰੱਬ ਮੁੱਲ ਪਾਈ ਜਾਂਦਾ ਜੀ ਤੁਹਾਡੇ ਸਾਹਮਣੇ ਸਭ ਕੁਛ। ਤੇ ਗੁਰਸਿੱਧ ਭਾਈ ਤੁਸੀਂ? ਮੈਂ ਵੀਰੇ ਆਉਣ ਸਾਰ ਬਸ ਫੈਕਟਰੀਆਂ ਲਾਈਆਂ ਸੀ ਪਹਿਲਾਂ, ਫਿਰ ਮੈਂ ਸਿਕਿਉਰਿਟੀ ਗਾਰਡ ਬਣਿਆ ਸੀ। ਸਿਕਿਉਰਿਟੀ ਦਾ ਇੱਥੇ ਲਾਇਸੈਂਸ ਲੈਣਾ ਪੈਂਦਾ ਕੈਨੇਡਾ 'ਚ, ਤੇ ਫਿਰ ਉਹ ਕੀਤੀ ਕਾਫੀ ਟਾਈਮ। ਉਸ ਤੋਂ ਬਾਅਦ ਫਿਰ ਆਪਦੀ ਇੱਥੇ ਸਟੂਡੀਓ ਹੌਲੀ ਹੌਲੀ ਅਪਡੇਟ ਕਰਦੇ ਗਏ, ਤੇ ਉੱਧਰ ਬਹਿ ਗਏ। ਤੇ ਭਾਜੀ ਸਿਕਿਉਰਿਟੀ ਗਾਰਡ ਦੀ ਜਦੋਂ ਜੋਬ ਕਰਦੇ ਸੀਗੇ, ਹੈ ਨਾ, ਉਦੋਂ ਹਾਂਜੀ ਉਦੋਂ ਦਿਮਾਗ ਦੇ ਵਿੱਚ ਕਿੰਨਾ ਕੁ ਮਿਊਜ਼ਿਕ ਚੱਲਦਾ ਸੀ, ਕਿੰਨਾ ਕੁ ਕਿਤੇ ਚੱਲਦਾ ਹੁੰਦਾ ਸੀਗਾ? ਵੀਰੇ ਮੈਂ ਤੁਹਾਨੂੰ ਦੱਸਦਾ, ਮੈਂ ਆਪਦਾ ਲੈਪਟਾਪ ਰੱਖਿਆ ਹੁੰਦਾ ਸੀ, ਤੇ ਉਹ ਮੈਂ ਨਾਲ ਹੀ ਲੈ ਕੇ ਜਾਂਦਾ ਸੀ ਸ਼ਿਫਟ ਤੇ। ਸੋ ਜਿੱਥੇ ਮੈਨੂੰ ਟਾਈਮ ਮਿਲਿਆ ਬ੍ਰੇਕ ਦੇ ਵਿੱਚ, ਜਿੱਥੇ ਵੀ ਆਪਾਂ ਉੱਥੇ ਹੀ ਦੱਬਦੀ ਦਾ ਸੀ ਮਿਊਜ਼ਿਕ। ਸੁਰ ਜਾਣਦਾ ਹੁੰਦਾ ਬਸ ਕਰਕੇ, ਦੋ ਮਿੰਟ ਲੱਗਦੇ ਬਸ। ਕਿਆ ਬਾਤ ਹੈ ਤੇ ਭਾਜੀ, ਉਹ ਸਿਕਿਉਰਿਟੀ ਗਾਰਡ ਵਾਲੀ ਵਰਦੀ ਬਹੁਤ ਮੋਟੀ ਹੁੰਦੀ ਹੈ ਨਾ, ਉਹਨੂੰ ਪਾਉਣਾ ਬਹੁਤ ਔਖਾ। ਹਾਂਜੀ, ਪਰ ਇੱਥੇ ਠੰਡ ਵੀ ਕਾਫੀ ਹੁੰਦੀ ਹੈ। ਸਿਕਿਉਰਿਟੀ ਗਾਰਡ ਕੋਟੀ ਨਹੀਂ ਮੋਟੀ ਹੁੰਦੀ, ਜਿਹੜੀ ਉੱਤੇ ਜੋਬ ਔਖੀ ਹੁੰਦੀ ਥੋੜੀ ਜੀ, ਕੋਟੀ ਦਾ ਬੰਦਾ ਪਾ ਲੈਂਦਾ ਫਿਰ ਵੀ। ਆਹੋ, ਇੱਥੇ ਮੌਸਮ ਦਾ ਮਾਹੌਲ ਸਹੀ ਹੈ ਨਾ, ਇੱਥੇ ਪਾਣੀ ਹੋਵੇ ਗਏ ਤੇ ਪਿੱਤ ਹੋ ਜਾਵੇ। ਜ਼ਰੂਰ, ਸਹੀ ਗੱਲ ਆ। ਅੱਛਾ ਜੱਸਾ ਬਾਈ, ਮੈਨੂੰ ਇੱਕ ਗੱਲ ਦੱਸੋ, ਪਿਆਰ ਬੋਲਦਾ ਉਹ ਪਹਿਲਾ ਗਾਣਾ ਸੀ ਜਿਹੜਾ ਮਤਲਬ ਜਨਤਾ ਨੇ ਬਹੁਤ ਜ਼ਿਆਦਾ ਸਰਾਇਆ ਉਸ ਚੀਜ਼ ਨੂੰ, ਹੈ ਨਾ। ਸੋ ਪਰ ਮਤਲਬ ਪਿਆਰ ਬੋਲਦਾ ਤੋਂ ਇਲਾਵਾ ਹੋਰ ਕਿਹੜਾ ਗਾਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਐਸਾ ਸੀ ਜਦੋਂ ਤੁਹਾਨੂੰ ਫੀਲਿੰਗ ਆਉਣੀ ਸ਼ੁਰੂ ਹੋ ਗਈ ਸੀ ਕਿ ਲੈ ਵੇ ਮਿੱਤਰਾ ਹੁਣ ਕੰਮ ਤੁਰ ਪਿਆ ਆਪਣਾ? ਕੰਮ ਤਾਂ ਜੀ ਪਹਿਲੇ ਗਾਣੇ ਤੋਂ, ਲਾਈਕ ਪਹਿਲੇ ਗਾਣੇ ਤੋਂ ਹੀ ਫੀਲਿੰਗ ਵਧੀਆ ਸੀ। ਹਾਂ ਵਧੀਆ ਸੀ, ਪਹਿਲੇ ਗਾਣੇ ਤੋਂ ਹੀ ਲਾਈਕ ਵਧੀਆ ਰਿਸਪੋਂਸ ਆਇਆ, ਹੈ ਨਾ, ਸਾਰਿਆਂ ਨੇ ਮੱਲੋ ਮੱਲੀ, ਮੇਨ ਸਟ੍ਰੀਮ ਆਰਟਿਸਟ ਨੇ ਲਾਈਕ ਸਨੈਪਚੈਟ ਤੇ ਪਾਇਆ, ਸੋ ਉਹਦੇ ਕਰਕੇ ਲਾਈਕ ਲੱਗਾ ਹਾਂ ਵੀ ਗੱਲਬਾਤ ਮੁੰਡਿਆ, ਹੁਣ ਖੂਨ ਨਹੀਂ ਦਬਣਾ, ਹੁਣ ਕੰਮ ਖਿੱਚੀ ਰੱਖਣਾ, ਬਸ ਉਦੋਂ ਤੋਂ ਹੀ ਲਾਈਕ ਉਦੋਂ ਤੋਂ ਹੀ ਪਹਿਲੇ ਗਾਣੇ ਤੋਂ ਆਈ ਥਿੰਕ। ਆ ਕਿਆ ਬਾਤ ਹੈ। ਔਰ ਗੁਰਬਾਈ, ਮੈਨੂੰ ਇੱਕ ਗੱਲ ਦੱਸੋ ਕਿ ਬਾਣੀ ਸੰਧੂ ਦੇ 8 ਪਰਚੇ ਗਾਣੇ ਦੇ ਵਿੱਚ ਤੁਹਾਡਾ ਛੋਟਾ ਜਿਹਾ ਇੱਕ ਸਿੰਗਿੰਗ ਪਾਰਟ ਸੀਗਾ, ਫੀਚਰਿੰਗ ਸੀ, ਹੈ ਨਾ, ਉਹ ਫੀਚਰਿੰਗ ਵੀ ਕਿਤੇ ਨਾ ਕਿਤੇ ਤੁਹਾਡੇ ਕਰੀਅਰ ਦੇ ਵਿੱਚ ਬਹੁਤ ਵਧੀਆ ਸਾਬਿਤ ਹੋਈ ਆ, ਉਹ ਫੀਚਰਿੰਗ। ਬਿਲਕੁਲ ਸਹੀ ਗੱਲ ਕਹੀ ਤੁਸੀਂ। ਉਹ ਫੀਚਰਿੰਗ ਤੁਹਾਡੀ ਗਾਣੇ ਦੇ ਵਿੱਚ ਪਾਉਣ ਦਾ ਆਈਡੀਆ ਕਿਹਦਾ ਸੀ, ਤੁਹਾਡਾ ਸੀ ਕਿ
ਜੱਸੀ ਹੋਣਾ ਉਹ ਆਈਡੀਆ ਸੀਗਾ ਜੀ ਮੈਂ ਤੁਹਾਨੂੰ ਫੇਰ ਨਵ ਸੰਧੂ ਉਹੀ ਆਈ ਸਾਡਾ ਮੇਨ ਬੰਦਾ ਤੇ ਪਲੈਨਿੰਗਸ ਵੀ ਬਾਈ ਕਰਦਾ ਗਾਣੇ ਦੀ ਸਾਰੀਆਂ ਤੇ ਬਾਈ ਦਾ ਹੀ ਪਲਾਨ ਸੀਗਾ ਉਹ ਤੇ ਜੱਸੀ ਲੋਕਾ ਰਾਈਟਰ ਬਾਈ ਹਾਂਜੀ ਬਹੁਤ ਜ਼ਿਆਦਾ ਰੱਖਦਾ ਕਿਉਂਕਿ ਇਹ ਸਹੀ ਗੱਲ ਆ ਵੀ ਲੋਕਾਂ ਦੇ ਧਿਆਨ ਇਹ ਗੱਲ ਆ ਸਕਦੀ ਆ ਕਦੋਂ ਵੀ ਕਿਉਂਕਿ ਮੈਂ ਖੁਦ ਇੱਕ ਆਰਟਿਸਟ ਹਾਂ ਬਟ ਮੈਂ ਟਰਾਈ ਹਮੇਸ਼ਾ ਇਹੀ ਕਰਦਾ ਨਾ ਕਿ ਕਿਸੇ ਮਨ ਚ ਇਦਾਂ ਦੀ ਗੱਲ ਨਾ ਆਵੇ ਬਿਲਕੁਲ ਤੁਹਾਨੂੰ ਸਿੱਧੀ ਗੱਲ ਦੱਸਣਾ ਜੀ ਮੈਂ ਤਾਂ ਮਿਲਿਆ ਨੀ ਕਦੀ ਬੋਹੇਮੀਆ ਭਾਜੀ ਨੂੰ ਅਸਲ ਚ ਸਾਡੀ ਗੱਲ ਹਨਾ ਫੋਨ ਤੇ ਮੇਰੀ ਵੀ ਨੀ ਫੋਨ ਤੇ ਗੱਲ ਹੋਈ ਬਾਈ ਦੀ ਗੱਲ ਹੋਈ ਸੀ ਨਵ ਸੰਧੂ ਦੀ ਤੇ ਕੋਵਿਡ ਦੇ ਵਿੱਚ ਆਪਾਂ ਸ਼ੂਟ ਕੀਤਾ ਹਨਾ ਮਟਿਆਰੇ ਨੇ ਤੇ ਉਹ ਸਨ ਅਮੈਰੀਕਾ ਆਪਾਂ ਸਾਂ ਕੈਨੇਡਾ ਸੋ ਮਿਲਣ ਦਾ ਤੇ ਮੌਕਾ ਨਹੀਂ ਮਿਲਿਆ ਸਾਨੂੰ ਤੇ ਬਾਕੀ ਗਾਣੇ ਚੋਂ ਨਾ ਵਧੀਆ ਕੀਤਾ ਰੈਪ ਤੇ ਬੰਬ ਲਾਏ ਆ ਯਾ ਮਤਲਬ ਉਹਨਾਂ ਨੇ ਸਿੰਗ ਸ਼ੂਟ ਕਰਕੇ ਭੇਜਦੇ ਹੋਣੇ ਉਧਰੋਂ ਆਪਣੇ ਯਾ ਸਿੰਗ ਸ਼ੂਟ ਕਰਕੇ ਭੇਜਦੇ ਉਹਨਾਂ ਸਾਡਾ ਹੋਇਆ ਨਹੀਂ ਜੀ ਮੇਲ ਮਿਲਾਪ ਕੋਈ ਅਗਲੀ ਵਾਰੀ ਸਹੀ ਨਹੀਂ 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 ਮੇਲ ਮਿਲਾਪ ਹੁਣ ਬਹੁਤ ਜਲਦੀ ਹੋਣੇ ਆ ਖੁੱਲ ਗਿਆ ਮਾਹੌਲ ਹੁਣ ਬਸ ਹੌਲੀ ਹੌਲੀ ਖੁੱਲ ਵੀ ਰਿਹਾ ਹਾਂਜੀ ਹਾਂਜੀ ਸਹੀ ਗੱਲ ਖੁੱਲ ਗਿਆ ਬਸ ਹੁਣ ਤਾਂ ਅੱਛਾ ਗੁਰਸਿੱਧੂ ਬਾਈ ਗੱਲਾਂ ਬਾਤਾਂ ਬਹੁਤ ਹੋ ਰਹੀਆਂ ਮੈਂ ਚਾਹੁੰਦਾ ਕਿ ਥੋੜ੍ਹਾ ਜਿਹਾ ਮਾਹੌਲ ਹੋਰ ਆਪਾਂ ਰੰਗੀਨ ਕਰੀਏ 8-5 ਹੋਈ ਜਿਹੜਾ ਯਾਰ ਤੁਹਾਡਾ ਸਾਡੇ ਵਾਸਤੇ ਸਪੈਸ਼ਲੀ ਹੋ ਜਾਵੇ ਤੁਹਾਡੀ ਆਵਾਜ਼ 'ਚ ਅੱਛਾ ਜੀ ਹੋ ਮੁੰਡੇ ਉੱਤੇ ਚੱਲਦੀਆਂ ਕਈ ਜੱਬੀਆਂ ਜੱਟ ਨਾਮ ਲਵਾਊ ਤੈਨੂੰ 26 ਸਾਲ ਦੀ ਮੁੰਡੇ ਉੱਤੇ ਚੱਲਦੀਆਂ ਕਈ ਜੱਬੀਆਂ ਜੱਟ ਨਾਮ ਲਵਾਊ ਤੈਨੂੰ 26 ਸਾਲ ਦੀ ਪਹਿਲੀ ਗੱਲ ਦੱਸਦਾ ਜਿਹੜਾ ਸਟੂਡੈਂਟ ਆਉਂਦਾ ਨਾ ਉਹਨੂੰ ਬਹੁਤ ਡਰ ਹੁੰਦਾ ਪੀ ਆਰ ਤੱਕ ਦਾ ਕੋਈ ਉਹ ਹਮੇਸ਼ਾ ਪਰਹੇਜ਼ ਹੀ ਕਰਦਾ ਕੰਪਨੀ ਗਾਣੇ ਦੇ ਸ਼ੂਟ ਤੋਂ ਪਹਿਲਾਂ ਸਾਨੂੰ ਪਤਾ ਲੱਗਾ ਵੀ ਤੁਸੀਂ ਗਾਣੇ ਚ ਮਤਲਬ ਪੂਰਾ ਨੈਚੁਰਲ ਕਰਨ ਵਾਸਤੇ ਕੁਛ ਦਿਨ ਪਹਿਲਾਂ ਹੀ ਆਪਣੀਆਂ ਆਦਤਾਂ ਵਿਗਾੜ ਲਈਆਂ ਸੀ ਅੱਧੀ ਕੁ ਸੱਚਾਈ ਆ ਜੀ ਹਾਂ ਮੈਂ ਵਿਗਾੜੀਆਂ ਸੀ ਪਰ ਸਿਰਫ ਸ਼ੀਸ਼ੇ ਮੂਹਰੇ ਤੇ ਸ਼ੀਸ਼ੇ ਮੂਹਰੇ ਖੜ ਕੇ ਮੈਂ ਪ੍ਰੈਕਟਿਸ ਕਰਦਾ ਹੁੰਦਾ ਸੀ ਉਦੋਂ ਹਾਂ ਮੈਂ ਥੋੜਾ ਟਰਾਈ ਕਰਦਾ ਮੈਂ ਤਾਂ ਸਿਆਣਾ ਹੈ ਨੀ ਮੈਂ ਤਾਂ ਬਹੁਤ ਜ਼ਿਆਦਾ ਵਿਗੜਿਆ ਪਿਆ ਕੰਪਨੀ ਖਰਾਬ ਹੋਈ ਵੀ ਆ ਮੇਰੀ ਤੇ ਉਹ ਫੀਲ ਲੈਤੀ ਸੀ ਮੈਂ ਯਾਰ ਇੱਕ ਗੱਲ ਸਾਨੂੰ ਪਤਾ ਲੱਗੀ ਆ ਵੀ ਇੱਕ ਗਾਣਾ ਤੁਸੀਂ ਕਿਸੇ ਗੋਰੀ ਮੈਮ ਨੂੰ ਵੇਖ ਕੇ ਲਿਖਣਾ ਸ਼ੁਰੂ ਕੀਤਾ ਸੀ ਪਰ ਉਹ ਗਾਣਾ ਪੂਰਾ ਨੀ ਹੋਇਆ ਕਿਉਂਕਿ ਬਾਅਦ ਚ ਤੁਹਾਨੂੰ ਮੈਮ ਕਦੀ ਦਿਖੀ ਨੀ ਇਹ ਸੱਚ ਨਹੀਂ ਜੀ ਇਹ ਗੱਲ ਚ ਬਿਲਕੁਲ ਸਰਾਸਰ ਝੂਠ ਹੈ ਕੋਈ ਗੱਲ ਸੱਚ ਨੀ ਹੈਗੀ ਏਦਾਂ ਦੀ ਕੋਈ ਗੱਲ ਨੀ ਹੈਗੀ ਗਾਣੇ ਗੁਣੇ ਤੇ ਮੈਂ ਆਪੇ ਲਿਖਣ ਲੱਗ ਪਿਆ ਸੀ ਲੈ ਕੇ ਜਿਵੇਂ ਹਨਾ ਇੱਥੇ ਆ ਕੇ ਕੈਨੇਡਾ ਦੀ ਹਾਲ ਬਾਈ ਵੇਖੀ ਤੇ ਬਸ ਉਹਦੇ ਤੋਂ ਸ਼ੁਰੂ ਕਰ ਲਿਆ ਇਹ ਗੱਲ ਬਿਲਕੁਲ ਝੂਠ ਹੈ ਜੀ ਨਕਾਰਦਾ ਨਕਾਰਿਆ ਜਾਂਦਾ ਗੱਲ ਅੱਛਾ ਗੁਰਸਿੱਧੂ ਬਾਈ ਇਹ ਗੱਲ ਸੱਚ ਆ ਕਿ ਜਦੋਂ ਤੁਸੀਂ ਕਿਸੇ ਗਾਣੇ ਦੀ ਡੰਮੀ ਬਣਾ ਕੇ ਕਿਸੇ ਆਰਟਿਸਟ ਨੂੰ ਭੇਜਦੇ ਹੋ ਤੇ ਕਈ ਵਾਰੀ ਉਹ ਆਪ ਹੀ ਅੱਗੋਂ ਕਹਿ ਦਿੰਦਾ ਭਰਾਵਾ ਤੇਰੀ ਆਵਾਜ਼ ਤੋਂ ਜ਼ਿਆਦਾ ਜਚਣ ਡਿਆ ਤੂੰ ਹੀ ਕਰ ਲਾ ਉਹਦੀ ਆਵਾਜ਼ ਦੇ ਵਿੱਚ ਜੱਚ ਜਾਵੇ ਸੋ ਇੱਕ ਕੋਸ਼ਿਸ਼ ਇਹੀ ਹੁੰਦੀ ਆ ਕਿ ਕਿਸੇ ਦਾ ਗਾਣਾ ਦੱਬਿਆ ਨਾ ਜਾਵੇ ਸੋ ਨਹੀਂ ਓਦਾਂ ਦਾ ਕੁਛ ਨਹੀਂ ਹੁੰਦਾ ਅੱਛਾ ਜੱਸਾ ਬਾਈ ਕੀ ਇਹ ਗੱਲ ਸੱਚ ਆ ਵੀ ਜਦੋਂ ਤੁਹਾਡਾ ਗਾਣਾ ਹਿੱਟ ਹੋਇਆ ਸੀ ਪਿਆਰ ਬੋਲਦਾ ਉਸ ਤੋਂ ਬਾਅਦ ਤੁਸੀਂ ਖੁਸ਼ੀ ਖੁਸ਼ੀ ਚ ਘਰ ਦਾ ਰਾਹ ਭੁੱਲ ਗਏ ਸੀ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਜਾਣਾ ਕਿਹੜੇ ਪਾਸੇ ਤੁਸੀਂ ਬੋਂਦਲ ਗਏ ਸੀ ਬੋਂਦਲ ਦਾ ਬੰਦਾ ਜਾਂਦਾ ਜੀ ਇੱਕ ਵਾਰੀ ਇਹ ਤਾਂ ਗੱਲ ਸੱਚ ਆ ਹਨਾ ਪਰ ਘਰਦਾ ਰਾਹ ਨਹੀਂ ਭੁੱਲਿਆ ਮੈਂ ਬਟ ਹਾਂ ਲਾਈਕ ਇੱਕ ਵਾਰੀ ਹੋ ਗਿਆ ਕਿ ਯਾਰ ਗੇਮ ਚੇਂਜ ਹੋ ਗਿਆ ਸੋਹਣੀਆਂ ਸੋਹਣੀਆਂ ਬੀਬੀਆਂ ਤੇ ਜਦੋਂ ਤੁਹਾਨੂੰ ਰੋਜ਼ ਬਾਵਾ ਸਾਰੇ ਮੈਸੇਜ ਆਉਣ ਲੱਗ ਗਏ ਨਾ ਫਿਰ ਕਿਹੜਾ ਦਾ ਬੰਦਾ ਬੋਂਦਲ ਲੈ ਟੈਗ ਲੋਗ ਲਾਈਕ ਉਧਰੋਂ ਫਰਕ ਤਾਂ ਪਿਆ ਸੀ ਪਰ ਘਰ ਦਾ ਰਾਹ ਨਹੀਂ ਭੁੱਲਿਆ ਜੀ ਘਰ ਦਾ ਰਾਹ ਤੇ ਕਹਿੰਦੇ ਨਹੀਂ ਘਰ ਦਾ ਰਾਹ ਤੇ ਬੰਦਾ ਨਹੀਂ ਭੁੱਲਦਾ ਜੈਸੇ ਬਾਈ ਓਦਾਂ ਪੰਜਾਬ ਵਾਲੇ ਘਰ ਦਾ ਰਾਹ ਕਿੰਨਾ ਕੁ ਯਾਦ ਆਉਂਦਾ ਯਾਰ
ਪੰਜਾਬ ਵਾਲੇ ਮੈਂ ਬੇਸਿਕਲੀ ਹਰਿਆਣੇ ਤੋਂ ਆ ਜੀ ਯਾਰ ਤੇ ਜਿੱਥੇ ਬੰਦੇ ਦੇ ਜੜਾ ਜੁੜਿਆ ਹੁਣ ਹਨਾ ਹੁਣ ਹਰਿਆਣਾ ਪੰਜਾਬ ਇਕੱਠਾ ਹੀ ਆ ਯਾ ਹੁਣ ਤਾਂ ਫਿਰ ਇੰਡੀਆ ਇਕੱਠਾ ਹੀ ਆ ਸਾਰਾ ਤੇ ਗੱਲ ਕਰਦਾ ਮੈਂ ਵੀ ਜਿੱਥੇ ਹਨਾ ਦਿਲ ਜੁੜਿਆ ਹੋਏ ਲਾਈਕ 20 ਸਾਲ ਆਪਾਂ ਜਿੱਥੇ ਕੱਢੇ ਆ ਸਾਰੇ ਆਪਣਾ ਸਾਰਾ ਟਾਈਮ ਕੱਢਿਆ ਤੇ ਯਾਦਾਂ ਦੇ ਉੱਥੇ ਰਹਿਣੀਆਂ ਰਹਿਣੀਆਂ ਦਿਲ ਚ ਕਦੀ ਵੀ ਨੀ ਜਾਣੀਆਂ ਜੀ ਉਹ ਤਾਂ ਜਿੱਥੇ ਜੜਾ ਜੁੜੀਆਂ ਆਪਣੀਆਂ ਫਿਰ ਇੱਥੇ ਫੀਮੇਲ ਯਾਦਾਂ ਕਿੰਨੀਆਂ ਤੁਹਾਡੀਆਂ ਕੋਈ ਯਾਦ ਨਹੀਂ ਹੈਗੀ ਮੇਰੀ ਬਿਲਕੁਲ ਸਭ ਬੰਦਾ ਨਹੀਂ ਮੈਂ ਸਿੱਧਾ ਸਾਦਾ ਬੰਦਾ ਕੋਈ ਫੀਮੇਲ ਯਾਦ ਨਹੀਂ ਹੈਗੀ ਮੇਰੀ ਮਤਲਬ 20 ਸਾਲਾਂ ਤੱਕ ਤੁਸੀਂ ਸਤਸੰਗ ਸੁਣਦੇ ਰਹੇ ਕੈਨੇਡਾ ਕੇ ਮਾੜਾ ਮੋਟਾ ਰੰਗ ਵੇਖੀ ਦੁਨੀਆ ਦੇ ਹਨਾ ਇੰਡੀਆ ਤਾਂ ਨਹੀਂ ਜੀ ਨਹੀਂ ਇੰਡੀਆ ਤਾਂ ਨਹੀਂ ਤੇ ਗੁਰ ਸਿੱਧੂ ਬਾਈ ਤੁਹਾਡੇ ਵਾਲੇ ਇੰਡੀਆ ਜ਼ਿੰਮੇਵਾਰ ਬੰਦਾ ਸੀ ਤੁਹਾਡਾ ਨਹੀਂ ਗੁਰ ਸਿੱਧੂ ਬਾਈ ਨੇ ਬੀਬੀਆਂ ਦੀ ਗੱਲ ਸ਼ੁਰੂ ਕੀਤੀ ਸੀ ਨਾ ਜਦੋਂ ਗਾਣੇ ਚੱਲਦੇ ਆ ਉਦੋਂ ਬੀਬੀਆਂ ਉਦੋਂ ਮੈਸੇਜ ਆਉਣੇ ਸ਼ੁਰੂ ਹੋ ਜਾਣ ਸੋਹਣੀਆਂ ਸੋਹਣੀਆਂ ਕੁੜੀਆਂ ਦੇ ਤਾਂ ਗੁਰ ਸਿੱਧੂ ਬਾਈ ਨੂੰ ਪੁੱਛਣਾ ਬਣਦਾ ਭਾਈ ਤੁਹਾਡਾ ਕੀ ਮਾਹੌਲ ਹੈ ਇੱਧਰ ਮਤਲਬ ਪੰਜਾਬ ਦੇ ਵਿੱਚ ਕਿੰਨੀਆਂ ਕੁ ਯਾਦਾਂ ਛੱਡ ਕੇ ਗਏ ਯਾਦਾਂ ਹੀ ਮੈਂ ਬਸ ਛੱਡਤੀਆਂ ਹੁਣ ਕੀ ਦੱਸੀਏ ਯਾਰ ਸਾਡੀਆਂ ਯਾਦਾਂ ਮੇਰੀ ਇੱਕ ਦੋ ਯਾਦ ਹਨਾ ਬੰਨੀ ਸ਼ੁਰੂ ਹੋਈ ਸਕੂਲ ਚ ਪਰ ਸਕੂਲ ਦੀ ਲਾਈ ਮੈਡਮਾਂ ਨੇ ਚਪੇੜਾ ਚਪੇੜਾ ਮਾਰ ਕੇ ਠੰਡੀਆਂ ਕਰਤੀਆਂ ਉਹ ਯਾਦ ਉੱਥੇ ਹੀ ਦੱਬੀ ਗਈ ਜਿਹੜਾ ਨੈਕਸਟ ਸੈਗਮੈਂਟ ਹੈ ਲਾਈਕ ਐਂਡ ਸ਼ੇਅਰ ਤੁਸੀਂ ਕਿਹੜੀਆਂ ਚੀਜ਼ਾਂ ਲਾਈਕ ਕਰਦੇ ਹੋ ਸਾਡੇ ਨਾਲ ਸ਼ੇਅਰ ਕਰਨੀਆਂ ਆਉਣ ਦੀ ਹੈ ਜ਼ਰੂਰ ਜੀ ਦੋਵਾਂ ਨੂੰ ਇਕੱਠੇ ਨੇ ਕੁਐਸਚਨ ਆ ਕੋਈ ਫੇਵਰੇਟ ਗਾਣਾ ਕਿਸੇ ਹੋਰ ਸਿੰਗਰ ਦਾ ਫੇਵਰੇਟ ਗਾਣਾ ਨੁਸਰਤ ਫਤਿਹ ਅਲੀ ਖਾਨ ਦਾ ਮੇਰਾ ਹੀ ਹੁਣ ਰੀਸੈਂਟ ਪੁੱਛੋ ਤਾਂ ਇੱਕ ਵੀਰਾ ਆਪਣਾ ਨਵਾਂ ਆਇਆ ਇੰਡਸਟਰੀ ਦੇ ਵਿੱਚ ਅਰਜਨ ਢਿੱਲੋਂ ਬਹੁਤ ਵਧੀਆ ਲਿਖਦਾ ਵੀਰਾ ਤੇ ਗਾਉਂਦਾ ਵੀ ਗੁੱਡਾ ਸੋ ਉਹਨਾਂ ਦੀ ਐਲਬਮ ਆਈ ਹੈ ਰੀਸੈਂਟ ਉਹਨਾਂ ਦੇ ਮੈਨੂੰ ਸਾਰੇ ਗਾਣੇ ਹੀ ਵਧੀਆ ਲੱਗੇ ਓਦਾਂ ਆਪਾਂ ਸੁਣਦੇ ਰਹਿੰਦੇ ਹਾਂ ਸਾਰਿਆਂ ਨੂੰ ਪੁਰਾਣਿਆਂ ਚ ਮੇਰੇ ਕੁਲਦੀਪ ਮਾਣਕੀ ਫੇਵਰੇਟ ਸੀ ਸੋ ਕੋਈ ਪੱਕਾ ਇੱਕ ਗਾਣਾ ਨੀ ਕੋਈ ਮੇਰਾ ਕਹਿ ਸਕਦੇ ਜੀ ਔਰ ਭਾਈ ਫੇਵਰੇਟ ਡਿਸ਼ ਕਿਹੜੀ ਹੈ ਦੋਵਾਂ ਦੀ ਮੈਂ ਤੇ ਘਰ ਦਾ ਹੀ ਵਧੀਆ ਲੱਗਦਾ ਮੈਨੂੰ ਹਨਾ ਸਾਗ ਹੋ ਜੇ ਰੋਟੀ ਸਿੰਪਲ ਘਿਓ ਮੱਖਣ ਦੁੱਧ ਦਹੀਂ ਬਸ ਆਹੀ ਵਧੀਆ ਲੱਗਦਾ ਜੀ ਮੈਨੂੰ ਤਾਂ ਗੁਰਸਿੱਧੂ ਬਾਈ ਤੁਹਾਨੂੰ ਤਾਂ ਮੈਨੂੰ ਲੱਗਦਾ ਡਾਈਟਿੰਗ ਦੇ ਹਿਸਾਬ ਨਾਲ ਜਵਾਬ ਦੇਣਾ ਚਾਹੀਦਾ ਡਾਈਟਿੰਗ ਦੇ ਹਿਸਾਬ ਨਾਲ ਜਵਾਬ ਦਈਏ ਜਵਾਬ ਫਿਰ ਦੇ ਦਿੰਦੇ ਆਪਾਂ ਖਾ ਲੈਂਦੇ ਹਾਂਗੇ ਦਲੀਆ ਖਾ ਲੈਣਾ ਮੈਂ ਬਸ ਦਲੀਆ ਬਹੁਤ ਹੀ ਜ਼ਿਆਦਾ ਜਿਹੜਾ ਸਿਹਤ ਵਾਸਤੇ ਵਧੀਆ ਹੁੰਦਾ ਮੇਰੀ ਤੇ ਸੁਦੇਸ਼ ਕੁਮਾਰੀ ਹੈ ਜੀ ਯਾ ਬਹੁਤ ਸੋਹਣੀ ਆਵਾਜ਼ ਉਹਨਾਂ ਦੀ ਲਾਈਕ ਕੰਨਾਂ ਨੂੰ ਸਕੂਨ ਮਿਲਦਾ ਸੁਣ ਕੇ ਪਸੰਦ ਨੇ ਸੋ ਮੈਂ ਨਾ ਛੋਟਾ ਹੁੰਦਾ ਐਕਚੁਲੀ ਸੁਣਦਾ ਹੁੰਦਾ ਸੀ ਇੱਕ ਗਾਣਾ ਰੇਡੀਓ ਤੇ ਉਦੋਂ ਤਾਂ ਮੈਨੂੰ ਆਸ਼ਾ ਭੋਸਲੇ ਜੀ ਕਾਫੀ ਪਸੰਦ ਆ ਗਏ ਸੀਗੇ ਉਹਨਾਂ ਦਾ ਇੱਕ ਗਾਣਾ ਹੁੰਦਾ ਸੀ ਜਦੋਂ ਜਦੋਂ ਇਹ ਬਨੇਰੇ ਬੋਲੇ ਕਾਂ ਮੈਨੂੰ ਤੇਰੀ ਸਾਹਮਣੇ ਮੇਰੇ ਸੱਜਣਾ ਮੈਂ ਔਨਸੀ ਪਾਉਣੀ ਹੈ ਇਹਦਾ ਬਹੁਤ ਉਹਦੀ ਕੰਪੋਜ ਬਹੁਤ ਪਿਆ ਉਦੋਂ ਬਾਅਦ ਫੀਮੇਲ ਬਸ ਉਹਨਾਂ ਨਾਲ ਬੜਾ ਜ਼ਿਆਦਾ ਫੇਵਰੇਟ ਫਿਲਮ ਕਿਹੜੀ ਹੈ ਦੋਵਾਂ ਦੀ ਮੇਰੀ ਫੇਵਰੇਟ ਫਿਲਮ ਹੈ ਜੀ ਮੈਨੂੰ ਲੱਗਾ ਜੇ ਹਿਸਾਬ ਨਾਲ ਜੱਸੇ ਭਾਈ ਨੇ ਜਵਾਬ ਦਿੱਤੇ ਇਹਨਾਂ ਨੇ ਕਹਿਣਾ ਬਦਲਾ ਜੱਟੀ ਦਾ ਨਹੀਂ ਬਦਲਾ ਜੱਟੀ ਦਾ ਮੇਰੀ ਫੇਵਰੇਟ ਮੂਵੀ ਹੈ ਜੀ ਭਾਗ ਮਿਲਖਾ ਭਾਗ ਯਾ ਉਹ ਥੋੜੀ ਮੋਟੀਵੇਸ਼ਨਲ ਮੂਵੀ ਆ ਤੇ ਉੱਤੋਂ ਉਹਦੇ ਚ ਵਧੀਆ ਲਾਈਕ ਇੱਕ ਰੋਲ ਮਾਡਲ ਜਿਹਾ ਮਿਲਦਾ ਲਾਈਕ ਵਧੀਆ ਲੱਗਦੀ ਮੈਨੂੰ ਉਹ ਕਾਫੀ ਟਾਈਮ ਵੇਖੀ ਮੈਂ ਕੁਝ ਉਹਦੇ ਚ ਪੰਜਾਬ ਤੇ ਪਾਕਿਸਤਾਨ ਦਾ ਲਾਈਕ ਜੋ ਹੋਇਆ ਹਨਾ ਪਾਰਟੀਸ਼ਨ ਹੋਇਆ ਉਹ ਵੀ ਵਿਖਾਉਂਦੇ ਆਉਂਦੇ ਆ ਸੋ ਉਹ ਮੈਨੂੰ ਚੀਜ਼ਾਂ ਪੁਰਾਣੀਆਂ ਚੀਜ਼ਾਂ ਮੈਨੂੰ ਵਧੀਆ ਲੱਗਦੀਆਂ ਸੋ ਤਾਂ ਕਰਕੇ ਮੈਨੂੰ ਉਹ ਵਧੀਆ ਲੱਗਦੀ ਹੈ ਜੀ ਤੇ ਗੁਰਸਿੱਧੂ ਬਾਈ ਤੁਹਾਨੂੰ ਮੈਂ ਹੁਣ ਤੁਹਾਨੂੰ ਕੀ ਦੱਸਾਂ ਜੀ ਫਿਲਮਾਂ ਤਾਂ ਹੁਣ ਸਾਡੇ ਨਾ ਪਿੰਡ ਬਣੀ ਸੀ ਇੱਕ ਫਿਲਮ ਗੁੱਗੂ ਗਿੱਲ ਦੀ ਸਿਕੰਦਰਾ ਮੈਂ ਬਾਵਾ ਦੇਖੀ ਉਹ ਛੋਟੇ ਹੁੰਦੇ ਸੋ ਉਦੋਂ ਮੇਰੀ ਫੇਵਰੇਟ ਬਣ ਗਈ ਸੀ ਉਹ ਜਦੋਂ ਦੋਵੇਂ ਲਾਈਫ ਦੇ ਵਿੱਚ ਪਹਿਲੀ ਵਾਰੀ ਮਿਲੇ ਸੀ ਕਿਹੜਾ ਗਾਣਾ ਬਣਾਇਆ ਸੀ ਉਹ ਗਾਣਾ ਰਿਲੀਜ਼ ਹੋਇਆ ਕਿ ਨਹੀਂ ਹਲੇ ਉਹ ਗਾਣਾ ਰਿਲੀਜ਼ ਹੋ ਗਿਆ ਜੀ ਚੰਦ ਬਣਾਇਆ ਸੀ ਚੰਦ ਬਣਾਇਆ ਸੀ ਅੱਛਾ ਜੱਸਾ ਬਾਈ ਆਉਣ ਵਾਲੇ ਦਿਨਾਂ 'ਚ ਕੋਲੈਬੋਰੇਸ਼ਨ ਦੀ ਬਹੁਤ ਵੇਟ ਰਹੂਗੀ ਗੁਰਸਿੱਧੂ ਬਾਈ ਤਾਂ ਤੁਹਾਡੇ ਲਿਖੇ ਗਾਣੇ ਗਾ ਹੀ ਰਹੇ ਆ ਉਹਦੇ ਨਾਲ ਨਾਲ ਮੈਂ ਪੁੱਛਣਾ ਚਾਹੁੰਦਾ ਕਿ ਹੋਰ ਕਿਹੜੇ ਕਿਹੜੇ ਆਰਟਿਸਟ ਆ ਜਿਨ੍ਹਾਂ ਨਾਲ ਤੁਸੀਂ ਕੋਲੈਬੋਰੇਸ਼ਨਸ ਪਲਾਨ ਕਰ ਰਹੇ ਹੋ ਜਾਂ ਮਾਈਂਡ ਦੇ ਵਿੱਚ ਚੀਜ਼ਾਂ ਚੱਲ ਰਹੀਆਂ ਹੁਣ ਰੀਸੈਂਟਲੀ ਸਾਡੀ ਇੱਕ ਤਾਂ ਬਾਨੀ ਸੰਧੂ ਨਾਲ ਆਉਣੀ ਆ ਹਨਾ ਕੋਲੈਬੋਰੇਸ਼ਨ ਮੇਰੀ ਫੀਚਰਿੰਗ ਉਹਦੇ 'ਚ
ਤੇ ਐਲਬਮ ਜਿਹੜੀ ਸਾਡੀ ਆਉਂਦੀ ਪਈ ਆ ਉਹਦੇ ਵਿੱਚ ਗੁਰ ਦੀ ਫੀਚਰਿੰਗ ਆ ਤੇ ਇੱਕ ਦੋ ਹੋਰ ਫੀਮੇਲ ਆਰਟਿਸਟ ਆ ਗੁਰਤੇਜ ਅਖਤਰ ਜੀ ਹਨਾ ਤੇ ਲਾਈਕ ਬਾਹਲੀ ਫੀਚਰਿੰਗ ਨਹੀਂ ਹੈ ਉਹਦੇ 'ਚ ਬਟ ਐਲਬਮ ਸਾਰੀ ਘੈਂਟ ਆ ਤੇ ਬੱਬੂ ਮਾਨ ਵਾਈ ਹੋਪ ਬੱਬੂ ਮਾਨ ਸਾਹਿਬ ਤੱਕ ਤੁਹਾਡੀ ਆਵਾਜ਼ ਪਹੁੰਚੇ 9x ਸੈਸ਼ਨ ਦੇ ਥਰੂ ਤੇ ਤੁਹਾਨੂੰ ਫੋਨ ਕਰਨਾ ਜ਼ਰੂਰ ਉਹ ਖੁਦ ਇੱਕ ਮਿਊਜ਼ਿਕ ਡਾਇਰੈਕਟਰ ਨੇ ਨਾ ਤੇ ਫਿਰ ਮੈਂ ਥੋੜਾ ਪ੍ਰੋਡਕਸ਼ਨ ਮੈਨੂੰ ਪੁਰਾਣੀਆਂ ਵੀ ਉਹਨਾਂ ਦੇ ਵਧੀਆ ਲੱਗਦੀਆਂ ਸੋ ਮੈਂ ਚਾਹਣਾ ਵੀ ਇੱਕ ਵਾਰੀ ਕੋਲੈਬੋਰੇਟ ਜ਼ਰੂਰੀ ਆ ਕੀ ਬਾਤ ਹੈ ਬਾਕੀ ਦੇਖੋ ਬਾਬਾ ਮੇਰ ਕਰੇ ਜੇ ਤਾਂ ਜ਼ਰੂਰ ਕਰਾਂਗੇ ਬਾਬਾ ਜ਼ਰੂਰ ਮੇਰ ਕਰੂਗਾ ਭਾਈ ਯੂ ਆਰ ਵੈਰੀ ਪੋਜ਼ਿਟਿਵ ਪਰਸਨ ਮਤਲਬ ਜਿੰਨ ਸ਼ੁਰੂ ਤੋਂ ਲੈ ਕੇ ਹੁਣ ਤੱਕ ਮਤਲਬ ਤੁਹਾਡਾ ਮਾਹੌਲ ਬਹੁਤ ਵਧੀਆ ਰਿਹਾ ਮਤਲਬ ਦੇਖ ਕੇ ਹਰ ਵਾਰੀ ਕੋਈ ਵੀ ਗਾਣਾ ਦੇਖਦੇ ਆ ਜਾਂ ਹੁਣ ਵੀ ਮੈਂ ਤੁਹਾਨੂੰ ਦੇਖ ਰਿਹਾ ਤਾਂ ਬੜੀ ਪੋਜ਼ਿਟਿਵਿਟੀ ਜੀ ਮਿਲ ਰਹੀ ਆ ਸੋ ਜਦੋਂ ਕਿਸੇ ਇਨਸਾਨ 'ਚ ਪੋਜ਼ਿਟਿਵਿਟੀ ਹੋਵੇ ਉਹਦੇ ਕੋਲ ਹਰ ਚੀਜ਼ ਚੱਲ ਕੇ ਆਉਂਦੀ ਆ ਬਿਲਕੁਲ ਗੁਰਸਿੱਧੂ ਭਾਈ ਹਰ ਇੱਕ ਆਰਟਿਸਟ ਦੀ ਲਾਈਫ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਹੁੰਦਾ ਤੁਹਾਡੀ ਲਾਈਫ ਦੇ ਵਿੱਚ ਤੁਹਾਨੂੰ ਕੀ ਲੱਗਦਾ ਮਤਲਬ ਕਦੀ ਬੈਠੇ ਬੈਠੇ ਸੋਚਦੇ ਹੋ ਤੁਹਾਨੂੰ ਕੀ ਲੱਗਦਾ ਟਰਨਿੰਗ ਪੁਆਇੰਟ ਕਿਹੜਾ ਸੀ ਜੇ ਤੁਸੀਂ ਗਾਣਿਆਂ ਦੇ ਤੌਰ ਤੋਂ ਪੁੱਛੋ ਤਾਂ ਜੀ 8 ਪਰਚੇ ਮੇਰਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਸੀ ਇਹ ਸਾਰਿਆਂ ਨੂੰ ਪਤਾ ਖੈਰ ਬਿਗੇਸਟ ਟਰਨਿੰਗ ਪੁਆਇੰਟ ਤੇ ਉਦਾਂ ਦੇਖਿਆ ਜਾਵੇ ਤਾਂ ਜਦੋਂ ਮੈਂ ਮਿਊਜ਼ਿਕ ਮੈਂ ਐਕਚੁਅਲੀ ਮਿਊਜ਼ਿਕ ਸਰਚ ਕੀਤਾ ਸੀ ਗੂਗਲ ਦੇ ਉੱਤੇ ਹਾਊ ਟੂ ਮੇਕ ਮਿਊਜ਼ਿਕ ਪਹਿਲੀ ਵਾਰੀ ਤੇ ਉੱਥੋਂ ਫਿਰ ਮੈਂ ਗੂਗਲ ਕੀ ਉਹ ਦਿਨ ਮੇਰਾ ਸਭ ਤੋਂ ਵੱਡਾ ਸੀ ਮੈਂ ਕਹਿੰਦਾ ਟਰਨਿੰਗ ਪੁਆਇੰਟ ਬਣ ਜਾ ਗਸ ਦਿਨ ਸੋਚਿਆ ਕਿ ਹਾਂ ਸ਼ਾਇਦ ਮਿਊਜ਼ਿਕ ਮੇਰੇ ਵਾਸਤੇ ਬਣਿਆ ਹੋਵੇ ਅਗੋਂ ਸਹੀ ਸੋਚ ਗਿਆ ਅਗੋਂ ਗੂਗਲ ਨੇ ਨਹੀਂ ਕਿਹਾ ਵੀ ਜਦੋਂ ਤੁਸੀਂ ਭਰਿਆ ਹਾਊ ਟੂ ਮੇਕ ਮਿਊਜ਼ਿਕ ਅਗੋਂ ਆ ਗਿਆ ਵੇ ਸਮਾਨ ਤੇ ਲੈ ਲਓ ਪਹਿਲਾਂ ਨਹੀਂ ਮੈਂ ਤੁਹਾਨੂੰ ਇੱਕ ਮੈਂ ਐਕਚੁਅਲੀ ਈਵਨ ਹਰ ਇੱਕ ਪ੍ਰੋਡਿਊਸਰ ਨੂੰ ਵੀ ਇਹ ਸਲਾਹ ਦਊਂਗਾ ਕਿ ਤੁਹਾਨੂੰ ਗਾਣਾ ਬਣਾਉਣ ਵਾਸਤੇ ਸਾਰਾ ਸਮਾਨ ਲੈਣ ਦੀ ਲੋੜ ਨਹੀਂ ਮੈਂ ਵਾਹਿਗੁਰੂ ਸਹੁੰ ਲੱਗੇ ਆਪਾਂ ਪਹਿਲੀ ਵਾਰੀ ਜਿਹੜਾ ਗਾਣਾ ਮੈਂ ਨਾ ਭੁੱਚੋ ਮੰਡੀ ਸਾਡੇ ਨੇੜੇ 50 ਰੁਪਏ ਦੇ ਹੈੱਡਫੋਨ ਖਰੀਦੇ ਸੀ ਤੇ ਉਹ ਮੈਂ ਆਪਦੇ ਪੁਰਾਣੇ ਜਿਹੇ ਲੈਪਟਾਪ 'ਚ ਅਟੈਚ ਕਰਕੇ ਉਹਦੇ ਤੇ ਸ਼ੁਰੂਆਤ ਕੀਤੀ ਸੀ ਸੋ ਇਹ ਜ਼ਰੂਰੀ ਨਹੀਂ ਹੈਗੇ ਤੁਹਾਡੇ ਕੋਲੇ ਬਾਹਲੀ ਵੱਡੀ ਮਸ਼ੀਨ ਹੋਵੇ ਤੁਸੀਂ ਸਟਾਰਟਿੰਗ ਵਾਸਤੇ ਚੱਕ ਸਕਦੇ ਫੱਟੇ ਸੋ ਜਿੰਨੇ ਵੀ ਨਵੇਂ 뮤직 ਰਾਈਟਰ ਸਾਨੂੰ ਦੇਖ ਰਹੇ ਆ ਸੁਣ ਰਹੇ ਆ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੁੱਚੋ ਮੰਡੀ ਤੋਂ ਹੈੱਡਫੋਨ ਲੈ ਕੇ ਜ਼ਰੂਰ ਆਓ ਜ਼ਿੰਦਗੀ ਤਾਂ ਕਿ ਤੁਹਾਡਾ ਜ਼ਿੰਦਗੀ 'ਚ ਕੁਝ ਬਣੇ ਪੁੱਚੋ ਮੰਡੀ ਜਾਣਾ ਮੈਡਮ ਪੁੱਚੋ ਮੰਡੀ ਸਾਡੇ ਬਠਿੰਡੇ ਦਾ ਜੀ ਨਾਲ ਪੁੱਚੋ ਮੰਡੀ ਜਾਓ ਹੈੱਡਫੋਨ ਲਓ ਤੇ ਕੰਮ ਕਰੋ ਸ਼ੁਰੂ ਯਾ ਪੁੱਚੋ ਮੰਡੀ ਤੇ ਕਾਫੀ ਹੈੱਡਫੋਨ ਕਰਮ ਵਾਲੇ ਹੁੰਦੇ ਆ ਇਹ ਕਹਿ ਸਕਦੇ ਆਪਾਂ ਅੱਛਾ ਭਾਈ ਜੀ ਮੈਨੂੰ ਇੱਕ ਗੱਲ ਦੱਸੋ ਕਿ ਜਿੱਦਾਂ ਆਰਟਿਸਟਾਂ ਦੀ ਲਾਈਫ ਦੇ ਵਿੱਚ ਇੱਕ ਚੀਜ਼ ਆ ਜਿਹੜੀ ਸਾਨੂੰ ਸਾਰਿਆਂ ਨੂੰ ਬੜਾ ਕਨੈਕਟਡ ਰੱਖਦੀ ਆ ਉਹ ਹੈਗੀ ਆ ਚਾਹ ਦੋਵਾਂ ਦੇ ਵਿੱਚੋਂ ਚਾਹ ਕਿਹਨੂੰ ਜ਼ਿਆਦਾ ਪਸੰਦ ਆ ਚਾਹ ਤਾਂ ਮੈਨੂੰ ਲੱਗਦਾ ਸਾਰਿਆਂ ਨੂੰ ਪਸੰਦ ਹੁੰਦੀ ਹੈ ਸਾਨੂੰ ਕਾਫੀ ਪਸੰਦ ਹੈ ਦੋਵਾਂ ਨੂੰ ਹੀ ਅਸੀਂ ਸੁਬਾਹ ਮੋਸਟਲੀ ਅਸੀਂ ਦੋਵੇਂ ਇਕੱਠੇ ਉੱਠਦੇ ਜ਼ਿਆਦਾ ਪਹਿਲਾਂ ਉੱਠਦੇ ਹਾਂ ਬਾਕੀ ਸਾਰੇ ਘਰ ਦੇ ਵਿੱਚ ਕਿਉਂਕਿ ਕੰਮ ਕਰਨ ਵਾਲੇ ਨੇ ਜਾਂ ਸ਼ਿਫਟ ਲਾਉਂਦੇ ਨੇ ਭਰਾ ਜਿਹੜੇ ਵੀ ਨੇ ਸੋ ਸੁਬਾਹ ਉੱਠ ਕੇ ਅਸੀਂ ਇਕੱਠੇ ਮੋਸਟਲੀ ਚਾਹ ਬਣਾ ਲੈਂਦੇ ਹੁੰਦੇ ਹਾਂ ਪਰ ਕਈ ਕਈ ਲੋਕ ਸਾਡੀ ਲਾਈਫ ਦੇ ਵਿੱਚ ਐਸੇ ਵੀ ਆ ਜਿਹੜੇ ਡਾਈਟਿੰਗ ਕਰਦੇ ਆ ਤੇ ਉਹ ਡਾਈਟਿੰਗ ਕਰਦੇ ਕਰਦੇ ਇੱਕ ਗੱਲ ਤਾਂ ਕਹਿੰਦੇ ਆ ਚਾਹ ਨਹੀਂ ਯਾਰ ਚਾਹ ਛੱਡਦੀ ਆ ਆਪਾਂ ਉਹਨਾਂ 'ਚ ਨਹੀਂ ਆਉਂਦੇ ਬਸ ਅੱਛਾ ਗੁਰਸਿੱਧੂ ਐਂਡ ਜੱਸਾ ਬਾਈ ਮਤਲਬ ਐਲਬਮ ਦੀਆਂ ਤਿਆਰੀਆਂ ਵਿਆਹ ਦੀਆਂ ਤਿਆਰੀਆਂ ਤਾਂ ਵੀ ਜ਼ੋਰਾਂ ਨਾਲ ਕਰਨੀਆਂ ਪੈਂਦੀਆਂ ਜ਼ਿਆਦਾ ਟਾਈਮ ਲੱਗਦਾ ਐਲਬਮ ਤੇ ਸੋ ਉਹ ਤਿਆਰੀਆਂ ਬਾਰੇ ਦੱਸੋ ਕੈਨੇਡਾ ਦੇ ਵਿੱਚ ਐਲਬਮ ਦਾ ਕਿੱਦਾਂ ਦਾ ਮਾਹੌਲ ਆ ਬਿਲਕੁਲ ਜੀ ਬਿਲਕੁਲ ਤਿਆਰੀਆਂ ਕਰਨੀਆਂ ਪੈਂਦੀਆਂ ਵਿਆਹ ਵਾਲੇ ਲਾੜੇ ਨੂੰ ਤਿਆਰੀਆਂ ਕਰਨੀਆਂ ਪੈਂਦੀਆਂ ਇੱਕ ਸਭ ਦੀਆਂ ਸੋ ਆਪਾਂ ਐਲਬਮ ਤੇ ਪੂਰਾ ਜ਼ੋਰ ਲਾਇਆ ਹਨਾ ਲਾਸਟ ਕਾਫੀ ਲਾਈਕ ਲਾਸਟ ਕਾਫੀ ਮੰਥ ਤੋਂ ਆਪਾਂ ਐਲਬਮ ਤਿਆਰੀ ਕਰਦੇ ਪਏ ਹਾਂ ਸੋ ਵਧੀਆ ਵਧੀਆ ਗਾਣੇ ਨੇ ਉਹਦੇ 'ਚ ਕਾਫੀ ਲਾਈਕ ਆਪਾਂ ਵੇਰੀਏਸ਼ਨ ਪਾਈਆਂ ਨੇ ਮਿਊਜ਼ਿਕ 'ਚ ਵੀ ਸੋ ਲਿਰਿਕਸ ਦੇ ਵਿੱਚ ਵੀ ਹਨਾ ਕਾਫੀ ਵੇਰੀਏਸ਼ਨਸ ਯਾ ਸਾਰੇ ਲਿਸਨਰਸ ਨੂੰ ਕਾਫੀ ਡਿਫਰੈਂਟ ਡਿਫਰੈਂਟ ਮਿਊਜ਼ਿਕ ਡਿਫਰੈਂਟ ਕੰਪੋਜੀਸ਼ਨ ਸਾਰਾ ਕੁਝ ਡਿਫਰੈਂਟ ਹੀ ਬਾਕੀ ਲਿਰਿਕਸ ਤਾਂ ਮੁੰਡਾ ਲਿਖਦਾ ਹੀ ਸਾਡਾ ਪੂਰੇ ਸੋ ਬੰਬਾ ਸੋ ਯਾ ਸੋ ਐਲਬਮ ਤੇ ਪੂਰਾ ਜ਼ੋਰ ਲਾਇਆ ਤੇ ਬਸ ਵਧੀਆ ਬਹੁਤ ਸੋਹਣੀ ਐਲਬਮ ਮੋਸਟ ਪ੍ਰੋਬਬਲੀ ਅਸੀਂ ਫੈਬ ਦੇ ਵਿੱਚ ਰਿਲੀਜ਼ ਕਰ ਦੇਣੀ ਆ ਤੇ ਨਾਈਨ ਐਕਸਟ੍ਰੈਸ਼ਨ ਦੇ ਸਾਰੇ ਵੀਅਰਸ ਨੂੰ ਇੱਕ ਹੋਰ ਅਪਡੇਟ ਇਹ ਮਤਲਬ ਦੇਣ ਲੱਗੇ ਆਪਾਂ ਕਿ ਐਲਬਮ ਆ ਰਹੀ ਹੈ ਜੱਸੇ ਢਿੱਲੋਂ ਦੀ ਸੋ ਜ਼ਰੂਰ 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 ਸ਼ੇਅਰ ਸਪੌਟ ਫॉर ਮਾਈ ਐਲਬਮ ਹਾਂ ਜਿੰਨਾ ਵਾਇਗਰੂ ਨੇ ਤੁਹਾਡੇ ਦੋਵਾਂ ਦੇ ਮੇਰ ਕੀਤੀ ਆ ਦੋਵੇਂ ਮਿਲ ਕੇ ਕੰਮ ਕਰ ਰਹੇ ਹੋ ਉਹ ਇਸੇ ਤਰ੍ਹਾਂ ਬਰਕਰਾਰ ਰਵੇ ਤੇ ਨਾਈਨ ਐਕਸਟ੍ਰੈਸ਼ਨ ਦੀਆਂ ਬਹੁਤ 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 ਸਾਰੀਆਂ ਵਿਸ਼ੇਸ਼ ਤੁਹਾਨੂੰ ਤੁਹਾਡੇ ਗਾਣਿਆਂ ਵਾਸਤੇ ਤੁਹਾਡੇ ਪ੍ਰੋਜੈਕਟਸ ਵਾਸਤੇ
ਪੋਡਕਾਸਟ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਪਣਾ ਸਾਰੇ ਵਾਇਰਲ ਹੋ ਜਾਏ ਹਰ ਬੰਦਾ ਪੁੱਛੇ ਦਰਸ਼ਨ ਨੂੰ ਆ ਗਿਆ ਵੀ ਹਾਂ ਬੰਦਿਆਂ ਤੁਸੀਂ ਕੀਤਾ ਸੀ ਫੜ ਕੇ ਦੁਬਾਰਾ ਲਿਆਓ ਤੇ ਯੰਗ ਵੀ ਏਦਾਂ ਹੀ ਵਧੀਆ ਵਧੀਆ ਇੰਟਰਵਿਊ ਕਰਦਾ ਰਹੇ ਵੀਰਾ ਬੜਾ ਪੋਜ਼ਿਟਿਵ ਜਿਹਾ ਲੱਗਾ ਦੋਵਾਂ ਭਰਾਵਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਸ਼ੋਅ ਕਿੱਦਾਂ ਦਾ ਲੱਗਾ ਇਹ ਤੁਸੀਂ ਮੈਨੂੰ ਜ਼ਰੂਰ ਦੱਸਣਾ ਯੰਗ ਵੀਰ ਦੇ ਨਾਮ ਤੋਂ ਤੁਸੀਂ ਮੈਨੂੰ ਇੰਸਟਾਗ੍ਰਾਮ ਐਂਡ ਫੇਸਬੁੱਕ ਤੇ ਸਰਚ ਕਰ ਸਕਦੇ ਹੋ YOUNGVEER ਐਂਡ ਉਹਦੇ ਨਾਲ ਨਾਲ 9X ਸੈਸ਼ਨ ਆਫੀਸ਼ੀਅਲ ਇੰਸਟਾਗ੍ਰਾਮ ਤੇ ਵੀ ਮਿਲ ਜੂਗਾ ਫੇਸਬੁੱਕ ਤੇ ਵੀ ਮਿਲ ਜੂਗਾ ਸ਼ੋਅ ਦੇ ਵਿੱਚ ਹੋਰ ਕਿਹਨੂੰ ਕਿਹਨੂੰ ਚਾਹੁੰਦੇ ਹੋ ਕਿਹੜਾ ਕਿਹੜਾ ਸੈਲੀਬ੍ਰਿਟੀ ਤੁਸੀਂ ਬੁਲਾਉਣਾ ਚਾਹੁੰਦੇ ਹੋ ਤੁਸੀਂ ਹੁਕਮ ਕਰਨਾ ਆਪਾਂ ਹਾਜ਼ਰ ਕਰ ਦੇਣਾ ਤੇ ਮਿਲਦੇ ਹਾਂ ਜੀ ਅਗਲੇ ਸ਼ੋਅ ਦੇ ਵਿੱਚ ਉਦੋਂ ਤੱਕ ਤੁਸੀਂ ਆਪਣਾ ਖਿਆਲ ਰੱਖਿਓ ਐਂਡ ਕੀਪ ਵਾਚਿੰਗ 9X ਸੈਸ਼ਨ ਟੈਸ਼ਨ ਯਾਰਾਂ ਦਾ ਨਾਈਨ ਐਕਸਟੈਸ਼ਨ ਯਾਰਾਂ ਦਾ ਪੋਡਕਾਸਟ।